ਲੈ ਵੀ ਵਾਰ ਤਾਂ ਮਾਸ਼ਾ ਅੱਲਾ ਜਿਹੜਾ ਨਾ ਦਾਂਜ ਦੀ ਸਾਡੇ ਕੋਲ ਤੁਹਾਨੂੰ ਪਤਾ ਹੀ ਹੈ ਕਟਾਈ ਵਗੈਰਾ ਨਾ ਸ਼ੁਰੂ ਹੋ ਚੁੱਕੀ ਹੈ ਤਾਂ ਦੋਸਤ ਬਾਪ ਜਿਹੜੇ ਹਨ ਉਹ ਦਾਂਜ ਨੂੰ ਜ਼ੋਰ ਸ਼ੋਰ ਨਾਲ ਕਰ ਰਹੇ ਹਨ। ਅਗਲੇ ਨੇ ਇੱਥੇ ਟੋਈ ਬਣਾਈ ਹੈ, ਉਹਦੀ ਵੀਡੀਓ ਮੈਂ ਅਪਲੋਡ ਕੀਤੀ ਹੈ। ਇਹ ਹੁਣ ਬਾਈ ਹੋਰੀ ਜਿਹੜਾ ਨਾ ਇੰਨਾ ਛੋਟੀਆਂ ਛੋਟੀਆਂ ਪੱਲੀਆਂ ਬਣਾਈ ਹੋਈਆਂ ਮੂੜੀਆਂ ਜਿਹੀਆਂ ਜਿਵੇਂ ਬਣਾ ਲੈਂਦੇ ਆਹ ਇੱਕ ਮੂੜੀ ਚਹਿ ਦੇਣ, ਉਹ ਨਾਲ ਅਸੀਂ ਸੜ ਦਿੰਦੇ ਦੂਜੀ ਚਹਿ ਦੇਣ, ਮੁੜ ਸੜ ਦਿੰਦੇ ਆਹ ਚੈੱਕ ਕਰੋ ਇਹਨੂੰ ਪਿੱਲੀ ਸਦੇ ਨੇ ਜਾਂ ਮੂੜੀ ਸਦੀਏ ਨਾ ਛੋਟੀ ਛੋਟੀ ਹੁੰਦੀ ਹੈ ਨਾ ਯਾਨੀ ਇਸ ਤਰ੍ਹਾਂ ਮੁੜੇ ਛੰਗਾਈ ਜਲਦੀ ਹੋ ਜਾਂਦੀ ਹੈ। ਇਹਨਾਂ ਕੋਲ ਪੁੱਛਦੇ ਹਾਂ ਮਜ਼ੀਦ ਬਈ ਇਹ ਕੀ ਉਹਦੇ ਨਾਲ ਇਸ ਤਰ੍ਹਾਂ ਕਿਆ ਵਾਕਿਆ ਜਲਦੀ ਛੰਗਿੰਦਾ ਜਾਂ ਕੀ ਇਹਨੇ ਡਿੱਗ ਲੱਗ ਜਾਂਦਾ ਇਸ ਤਰ੍ਹਾਂ ਛੱਟਣ ਨਾਲ। ਇਹ ਮਾਸ਼ਾ ਅੱਲਾ ਇੱਕ ਇਹਨਾਂ ਦਾ ਵਾਲਦ ਸਾਹਿਬ ਹੈ, ਦੋ ਇਹਦੇ ਬੇਟੇ ਨੇ, ਬੜੇ ਜਿਹੜਾ ਨਾ ਸਕੂਲ ਵੀ ਪੜ੍ਹਦੇ ਨੇ, ਮਿਹਨਤੀ ਬੱਚੇ ਨੇ। ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਨਾ ਸਮੋਗ ਆਈ ਹੋਈ ਅਤੇ ਸਮੋਗ ਦੀ ਵਜ੍ਹਾ ਤੋਂ ਇਹ ਜਿਹੜਾ ਨਾ ਸਮੋਗ ਦੀ ਵਜ੍ਹਾ ਤੋਂ ਨਾ ਇਹ ਛੁੱਟੀਆਂ ਨਾ ਤਾਂ ਮੁੜੇ ਇਹਨਾਂ ਕੋਲ ਸਦਾਨ ਛੰਗੇ ਨੇ ਕਰਤੀਆਂ ਬੇ ਵਿਹਲੇ ਤਾਂ ਨਾ ਭਵਨ ਅਤੇ ਆਓ ਇਹਨਾਂ ਕੋਲ ਪੁੱਛਦੇ ਦੱਸਦੇ ਹਾਂ ਬਈ ਇਹ ਵਾਕਿਆ ਵੀ ਇਸ ਤਰ੍ਹਾਂ ਮੂੜੀਆਂ ਕਿਉਂ ਬਣਦੇ ਨੇ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ ਜੀ। ਅੱਛਾ ਮੈਨੂੰ ਇਹ ਸੁਣਾਓ ਬਈ ਇਹ ਜਿਹੜੀ ਤੁਸੀਂ ਬਣਦੀ ਖਲੋਤੇ ਹੋ ਪਿਲ ਮੂੜੀਆਂ ਪਿਲੀਆਂ ਇਹ ਕਿਉਂ ਬਣਦੇ ਹੋ ਤੁਸੀਂ ਇਸ ਤਰ੍ਹਾਂ? ਇਹ ਅਸਾਂ ਰਹਿੰਦੇ ਹਾਂ ਬਈ ਜਲਦੀ ਛੰਗੀ ਜਾਵੇ, ਜਲਦੀ ਛੰਗੀ ਜਾਵੇ। ਹਾਂ ਕਾਂਡ ਤਾਂ ਜ਼ਿਆਦਾ ਨਹੀਂ ਨਿਕਲਦਾ ਬਿਲਕੁਲ ਇਹਦੇ ਵਿੱਚ, ਉਹ ਗੱਲ ਤਾਂ ਕੋਈ ਨਹੀਂ ਕਾਂਡ ਜ਼ਿਆਦਾ ਨਿਕਲਣ ਵਾਲੀ, ਮਗਰ ਇਹ ਤਾਂ ਇਹ ਹੈ ਪਿਆ ਬਈ ਜਿੱਥੇ ਬਾਕੀ ਹੇਕ ਮੋਟ ਚਾਵਣੀਆਂ ਇਹ ਨਾਲ ਤਰਾ ਮੁੱਠਾ ਕੰਮ ਕੰਮ ਇਕੱਠੀਆਂ ਹੋ ਜਾਂਦੀਆਂ। ਇਹ ਸਾਹਮਣੇ ਵੇਖ ਲੈ ਛੱਟ ਮਾਰੀ ਕੋਲ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਇਹਦੇ ਵਾਰ ਜਿਹੜਾ ਹਾਲਾਤ ਚੱਲਦੇ ਪੈਣ ਬਈ ਕੀ ਉਹਦੇ ਨਾ ਜਿਹੜਾ ਵੀ ਗਿੱਜ ਪੰਜਾਹ ਮਾਣ ਤਾਂ ਨਹੀਂ ਨਿਕਲਦਾ ਜ਼ਿਆਦਾ ਥੋੜ੍ਹਾ ਨਿਕਲ ਸੀ ਜਿਹੜੇ ਹੈ ਨਾ ਦੂ ਵਾਲੀ ਹੱਥ ਵਾਲੀ ਛੰਗਾਈ ਇਹ ਸਾਡੇ ਕੋਲ ਚੱਲਦੀ ਪਈ ਤਕਰੀਬਨ 10-12,000 ਰੁਪਇਆ ਕਿੱਲਾ ਅਤੇ ਜਿਹੜਾ ਐਕਸੀਵੇਟਰ ਵਾਲਾ ਨੂੰ ਲੈਂਦੇ ਵਧਣ 8,000 ਰੁਪਇਆ। ਐਕਸੀਵੇਟਰ ਵਾਲੇ ਤੁਹਾਨੂੰ ਪਤਾ ਹੀ ਹੈ ਬਈ ਉਹ ਜਿਹੜਾ ਨਾ ਕਿਤਨਾ ਨੁਕਸਾਨ ਕਰਦੀ ਕੇਅਰ ਜਾਂਦੀ ਹਾਰਵੈਸਟਰ ਐਕਸੀਵੇਟਰ ਜਿਹੜੀ ਸਦੀਂਦੀ ਹੈ ਅਤੇ ਜਿਹੜੀ ਕਬੂਟਾ ਉਹ ਲੈਂਦੀ ਵਧੀ ਇਹ 14,000 ਰੁਪਇਆ ਅਤੇ ਇਹ ਉਹਨਾਂ ਦਾ ਹਿਸਾਬ ਉਹ ਹੈ ਇਹਨਾਂ ਦਾ ਹਿਸਾਬ 14,000 ਵਾਲਾ ਯਾਨੀ ਕਿ 14,000 ਕਿੱਲੇ ਤਾਂ ਲੈਂਦੇ ਮੈਂ ਸੋਰੀ ਆਉਂਦਾ ਪਿਆ ਇਹ ਆ ਜਨਾਬ ਚਲੋ ਇੰਨਾ ਬਣਾ ਰੱਖੀਏ ਸਾਵੀਆਂ ਪਿੱਲੀਆਂ ਪੁਲੀਆਂ ਵਗੈਰਾ ਛੋਟੀ ਛੋਟੀਆਂ ਆ ਇਹ ਹੁਣ ਅਸਾਂ ਇਨਸ਼ਾਲਾ ਲੈ ਸਾਂ ਚਾਹ ਚਾਹ ਅਤੇ ਨਾ ਇਹ ਅਸਾਂ ਮੁੜ ਜਾਤ ਕਰਨੀ ਹੈ ਮਾਲਾਂ ਨੂੰ ਜੀ। ਕਿਆ ਹਾਲ ਹਨ ਸਰ? ਖੈਰੀਅਤ ਹੈ? ਤਬੀ ਸਿਹਤ? ਇਹ ਮਕਾਈ ਤੁਸੀਂ ਸਸਤੀ ਨਹੀਂ ਦਿੱਤੀ ਜੀ? ਹੁਣ ਕੀ ਕਰੀਏ ਜੱਟ ਕਿਤੇ ਜਾਵਾਂ ਗੁਜ਼ਾਰਾ ਤਾਂ ਕਰਨਾ ਹੈ। ਵਾਕਿਆ ਵੀ ਦੱਸਦੇ ਪੈਣ ਫੁੱਲੀਆਂ ਦਾ ਦਾਂਜ ਕੱਢਿਆ ਤੇ 1400 ਨੂੰ ਤੇ 1500 ਨੂੰ ਵੇਚਿਆ। ਅੱਛਾ ਸ਼ੁਕਰ ਹੈ ਕੋਈ ਕੋਈ ਦਾਂਜ ਜਿਹੜਾ ਉਹ ਇਸ ਤਰੀਕੇ ਨਾਲ ਹੁਣ ਕੋਈ ਬਾਹਰ ਨਿਕਲਣ ਦਾ ਕੋਈ ਹੈ ਇਹਨਾਂ ਦਾ ਇਰਾਦਾ? ਅੱਛਾ ਜੇ ਨਿਕਲ ਗਿਆ ਤੇ ਤਾਂ ਕੋਈ ਰੇਟ ਬਣ ਗਿਆ ਨਹੀਂ ਤਾਂ ਕੀ ਪਤਾ ਇਹ ਵੀ 1500 ਨੂੰ ਵੇਚਦੇ ਵੀ ਆ। ਅੱਛਾ ਜੱਟ ਮੁੜ ਕੇ ਤੇ ਜਾਵਣ ਜੱਟ ਹੁਣ ਸੋਦਾ ਹੁਣ ਤਾਂ ਲੋਕ ਸਿਗਰਟ ਪੀਣ ਤੰਗ ਹਨ ਟੁੱਕਰ ਖਾਵਣ ਤੋਂ ਤੰਗ ਹਨ। ਸਹੀ ਗੱਲ ਬਿਲਕੁਲ ਸਿਰ ਦਿੱਤੀ ਵਰਗਾ ਦਵਾਈਆਂ ਛੋੜ ਕੇ ਜਾ ਕੇ ਨਹੀਂ ਸਕਦੇ। ਬਿਲਕੁਲ ਬਿਲਕੁਲ। ਅੱਛਾ ਇਹ ਸੁਣਾਓ ਇਹ ਜਿਹੜੀ ਮਕਾਈ ਤੁਹਾਡੀ ਇਹ ਕਿਤਨੇ ਦੀ ਵੇਚਣੀ ਹੈ ਸਾਵੇਂ ਵਾਲੀ? ਇਹ ਜਨਾਬ ਇੱਕ ਵਿਗਾ 4 ਕਨਾਲ ਹੈ। 4 ਕਨਾਲ ਹੈ? ਹਾਂ 17,000 ਦੀ ਵੇਚੀ ਹੈ। 17,000 ਦੀ ਵੇਚੀ ਹੈ ਵੀਰ ਤਾਂ ਇਹਨਾਂ ਨਾ ਮਕਾਈ 15,000 ਇੱਥੇ ਖਰਚਾ ਹੈ। 15,000 ਖਰਚਾ 2,000 ਰੁਪਇਆ। ਅੱਛਾ ਮੇਰੇ ਖਿਆਲ ਮੋਟਰਸਾਈਕਲ ਦਾ ਤੇਲ ਸੜ ਗਿਆ ਸੀ। ਅੱਛਾ ਅੱਛਾ ਵੀਰ ਤੂੰ ਤਾਂ ਦੇਂਦਾ ਪਿਆ ਬਈ ਜਿਹੜਾ ਨਾ 15,000 ਰੁਪਇਆ ਉਹ ਵਿਗੇ ਤੇ ਉੱਤੇ ਖਰਚਾ 15,000 ਰੁਪਇਆ ਅਤੇ ਕਿਸਾਨ ਹਕੂਮਤ ਨੂੰ ਚਾਹੀਦਾ ਕੋਈ ਐਸੀ ਪਾਲਿਸੀ ਅਪਣਾਵੇ ਐਸੀ ਪਾਲਿਸੀ ਕਰੇ ਤਾਂ ਕਿ ਜਿਹੜਾ ਕਿਸਾਨ ਹੈ ਨਾ ਉਹ ਖੁਸ਼ਹਾਲ ਹੋਵੇ, ਕਿਸਾਨ ਖੁਸ਼ਹਾਲ ਤੇ ਮੁਲਕ ਖੁਸ਼ਹਾਲ।
ਤੁਹਾਨੂੰ ਪਤਾ ਹੀ ਹੈ ਪੂਜ ਰੇਟ ਇਸ ਦਾ ਵਾ ਤਾਂ ਨਹੀਂ ਕੋਈ ਨਾ, ਕਣਕ ਦਾ ਰੇਟ ਹੀ ਨਹੀਂ ਬਣਿਆ, ਮਕਾਈ ਦਾ ਹੀ ਨਹੀਂ ਬਣਿਆ, ਥਾਂ ਦਾ ਹੀ ਨਹੀਂ ਬਣਿਆ। ਹੁਣ ਇਸ ਰੇਟ ਕਿਸ ਚੀਜ਼ ਦਾ ਮੈਂ ਦੱਸਿਆ ਨਾ ਤੈਨੂੰ, ਮਟਰ ਦਾ ਰੇਟ ਹੈ, ਗੋਭੀ ਦਾ ਰੇਟ ਹੈ, ਸਬਜ਼ੀ ਦਾ, ਯਾਨੀ ਕਿ ਕੋਈ ਵੀ ਆਲੂ ਹੈ ਯਾਰ, ਆਪਣਾ ਤਜਰਬਾ ਹੀ ਦੇਖੋ। ਹਾਂ, ਜਾਂ ਤਾਂ ਸਾਰੇ ਅਰਾਈ ਬਣ ਜਾਵਣ, ਸਾਰੇ ਸਬਜ਼ੀਆਂ ਗੱਡਣ, ਨਾ ਕੋਈ ਕਣਕ ਗੱਡੇ, ਨਾ ਕੋਈ ਕਮਾਦ ਗੱਡੇ, ਨਾ ਕੋਈ ਮਕਾਈ ਗੱਡੇ। ਬਿਲਕੁਲ ਬਿਲਕੁਲ, ਅੱਗੇ ਮਕਾਈ ਦਾ ਰੇਟ ਬਣਿਆ ਜੀ, ਉਸ ਨੂੰ ਜਿੰਨਾ ਵੇਸੀ ਕਹਿੰਦਾ ਕੀੜੀ ਖਾ ਗਈ, ਹੁਣ ਅਸੀਂ ਕਹਿੰਦਾ ਉਸ 'ਤੇ ਪਾਬੰਦੀ ਲਾ। ਚੱਕੀ ਲਾਏ ਖਲੋ, ਚੱਕੀ ਚੱਕੀ ਦਾ ਮੁੜ ਕੇ ਬਣ ਗਈ, ਚੱਕੀ ਦਾ ਇਹੋ ਹੈ ਕਿ ਚਲੋ ਯਾਰ ਮਜ਼ਦੂਰੀ ਕਰਤਾਂ ਅਤੇ ਜੱਟਾਂ ਨਾਲੋਂ ਤਾਂ ਚੰਗੇ ਹਾਂ, ਚਲੋ ਕੋਈ ਵੀ ਮਜ਼ਦੂਰ ਹੈ ਉਹ ਚਲੋ 1,000 ਰੁਪਏ ਕੋਈ ਲੈ ਆਉਂਦਾ ਦਿਹਾੜੀ ਦਾ, ਕੋਈ 1,500 ਲੈ ਆਉਂਦਾ, ਕੋਈ 500 ਲੈ ਆਉਂਦਾ, ਕੋਈ 600 ਲੈ ਆਉਂਦਾ, ਅਤੇ ਜਿਹੜੇ ਜੱਟ ਹਨ ਉਹਨਾਂ ਤੋਂ 200 ਰੁਪਏ ਨਹੀਂ ਬਚਦਾ। ਚਲੋ ਚੱਕੀ ਲਾਈਏ, ਕਿਸੇ ਗੱਲ ਤੋਂ ਵੀ ਚਲੋ ਕੋਈ ਮਜ਼ਦੂਰੀ ਅੱਲਾ ਤਾਲਾ ਸੋਲਰ ਵਾਲੀ ਚੱਕੀ ਤਾਂ ਸਰਦੀਆਂ ਚੱਲਣੀ, ਅੱਲਾ ਤਾਂ ਫੇਕਦੇ ਸੀ, ਕੋਈ ਇਰਾਦਾ ਤਾਂ ਇਹ ਵੀ ਅਸੀਂ ਕਿਲਾ ਬਿਜਲੀ ਸੋਲਰ ਲੈਂਦੇ ਹਾਂ, ਸੋਲਰ ਤੇ ਹੁਣ ਸਹੀ ਚੱਲ ਗਏ, ਮੁੜ ਬਿਜਲੀ ਚੱਲ ਗਈ, ਉਸ ਤੋਂ ਬਾਅਦ ਜੇ ਅੱਲਾ ਤਾਲਾ ਹਿੰਮਤ ਦਿੱਤੀ ਤੇ ਮੁੜ ਟਰਾਂਸਫਰਮਾਂ ਦਿੱਤਾ ਰੱਖੇ ਸਾਂ ਤੇ। ਅੱਛਾ ਵੇ ਵਾਰ ਥਾਂ ਹੀ ਆਪਾਂ ਕਰੇ ਨਾ ਵਿਲਾਗ ਰਖਤਾਮ, ਇਨਸ਼ਾਲਾ ਮਿਲਨੇ ਅਗਲੇ ਵਿਲਾਗ ਦੇ ਨਾਲ। ਅਗਰ ਤੁਹਾਨੂੰ ਛੋਟਾ ਜਿਹਾ ਵਿਲਾਗ ਪਸੰਦ ਆ ਜਾਵੇ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਾ ਯਾਰ, ਕਿਸਾਨਾਂ ਨੂੰ ਹਕੂਮਤ ਨੂੰ ਕੋਲ ਅਪੀਲ ਕਰੋ ਕੋਈ ਰੇਟ ਦੇਵੇ, ਹੁਣ ਸਿਰਫ 2,000 ਰੁਪਏ ਬਚਿਆ ਯਾਰ, ਵੇਖੋ ਸਹੀ ਦੇ ਵਿੱਚੋਂ।